ਪੰਜਾਬ ਦੀਆਂ ਜੇਲ੍ਹਾਂ 'ਚ ਨਸ਼ੇ ਅਤੇ ਮੋਬਾਈਲ ਫੋਨ ਦਾ ਪ੍ਰਯੋਗ ਹਮੇਸ਼ਾ ਹੀ ਅਖ਼ਬਾਰਾਂ ਦੀ ਮੁੱਖ ਸਮਾਚਾਰ ਬਣਦੀ ਰਹਿੰਦੀ ਹੈ। ਇਸ ਵਾਰ ਬਰਨਾਲਾ ਦੀ ਜੇਲ੍ਹ 'ਚ ਮੁਲਾਜ਼ਮ ਰਿਸ਼ਵਤ ਦੇ ਦੋਸ਼ਾਂ ਨੂੰ ਲੈ ਕੇ ਚਰਚਾ ਵਿੱਚ ਹੈ। ਬਰਨਾਲਾ ਦੇ ਵਿਜੀਲੈਂਸ ਵਿਭਾਗ ਦੇ ਵੱਲੋਂ ਬਰਨਾਲਾ ਜੇਲ੍ਹ 'ਚ ਜੇਲ੍ਹ ਵਾਰਡਨ ਨੂੰ ਉਮਰ ਕੈਦ ਦੇ ਕੈਦੀ ਤੋਂ 17,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ। ਸਾਡੇ ਕੋਲ ਨਾ ਮਿਸਟਰ ਮੇਜਰ ਸਿੰਘ ਆਏ, ਸਨਵ ਧੰਨਾ ਸਿੰਘ ਮੋਗੇ ਜ਼ਿਲ੍ਹੇ ਦੇ, ਜਿਨ੍ਹਾਂ ਦਾ ਲੜਕਾ ਉਮਰ ਕੈਦ ਦੇ ਵਿੱਚ ਬਰਨਾਲਾ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ। ਉਸਦਾ ਨਾਂ ਵਰਿੰਦਰਜੀਤ ਹੈ। ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ 20,000 ਦੀ। ਉਹ 9 ਦਿਨ ਲੇਟ ਹੋ ਗਿਆ ਸੀ, ਛੁੱਟੀ ਗਿਆ ਹੋਇਆ ਸੀ, 9 ਦਿਨ ਲੇਟ ਹੋ ਗਿਆ। 9 ਦਿਨਾਂ ਬਾਅਦ ਉਹਨੇ ਆਪਣਾ ਜਦੋਂ ਮੈਡੀਕਲ ਪੇਸ਼ ਕੀਤਾ, ਇਹ ਕਹਿੰਦੇ ਕਿ ਇਸ ਮੈਡੀਕਲ ਦੀ ਕੋਈ ਵੈਲਿਊ ਨਹੀਂ ਹੈਗੀ, ਇਹ ਤਾਂ ਅਸੀਂ ਤੈਨੂੰ ਭਗੌੜਾ ਕਰਾਰ ਦੇਵਾਂਗੇ ਇਹਦੇ 'ਚ। ਅਤੇ ਇਹਦੇ ਤੋਂ 20,000 ਦੀ ਡਿਮਾਂਡ ਕੀਤੀ ਕਿ ਜੇ ਤੂੰ ਆਪਣਾ ਜੇਲ੍ਹ 'ਚ ਰਿਕਾਰਡ ਠੀਕ ਰੱਖਣਾ ਚਾਹੁੰਦਾ ਅਤੇ ਅਗਲੀ ਛੁੱਟੀ ਜਾਣਾ ਚਾਹੁੰਦਾ ਤਾਂ ਸਾਨੂੰ ਇੰਨੇ ਪੈਸੇ ਦੇ। ਫਿਰ ਉਹ ਗਰੀਬ ਬੰਦਾ ਸੀ, ਉਹਨੇ ਤੱਲੇ ਮਿੰਨਤਾਂ ਕੀਤੀਆਂ ਕਿ ਮੇਰਾ ਮੇਨ ਤਾਂ ਬੇਟਾ ਇਹੀ ਆ ਜਿਹੜਾ ਜੇਲ੍ਹ 'ਚ ਹੈ, ਕਮਾਉਣ ਵਾਲਾ ਕੋਈ ਨਹੀਂ। ਅਤੇ ਟੋਟਲ ਉਹਨਾਂ ਦੀ 17,000 'ਚ ਡੀਲ ਹੋ ਗਈ, 17,000 'ਚ ਡੀਲ ਹੋ ਗਈ ਉਹਨਾਂ ਦੀ। ਉਸ ਤੋਂ ਬਾਅਦ ਇਹਨਾਂ ਨੇ ਅੱਜ ਫਿਰ ਅਸੀਂ ਉਹਨੂੰ ਮੇਨ ਜਿਹੜਾ ਕਿ ਉਸ ਚੀਜ਼ 'ਚ ਵਾਰਡਨ ਹਰਮਨਪ੍ਰੀਤ ਸਿੰਘ, ਜਿਹੜਾ ਕਿ ਜੇਲ੍ਹ ਵਿੱਚ ਵਰੰਟਾਂ ਵਾਲੀ ਸੀਟ 'ਤੇ ਕੰਮ ਕਰਦਾ ਸੀ, ਉਹਨੂੰ ਰੈੱਡ ਹੈਂਡਿਡ ਮੈਂ ਅਤੇ ਮੇਰੀ ਟੀਮ ਨੇ 17,000 ਰੁਪਏ ਵਿਦ ਰਿਕਵਰ ਕੀਤੇ। ਨਾਲ ਸਾਡੇ ਨਾਲ ਗਵਰਨਮੈਂਟ ਵਿਟਨੈਸ ਸੀਗੇ, ਗਵਰਨਮੈਂਟ ਵਿਟਨੈਸ ਸ਼ੈਡੋ ਵਿਟਨੈਸ ਸੀਗੇ ਮਿਸਟਰ ਵਿਜੇ ਭਾਸਕਰ, ਜਿਹੜੇ ਕਿ ਜੁਆਇੰਟ ਡਾਇਰੈਕਟਰ ਨੇ ਯੂਥ ਵੈਲਫੇਅਰ ਦੇ ਡਿਸਟ੍ਰਿਕਟ ਬਰਨਾਲਾ। ਅਤੇ ਦੂਜੇ ਸੀਗੇ ਇਹਨਾਂ ਦੇ ਆਪਣਾ ਮਿਸਟਰ ਕਪਿਲ ਜਿੰਦਲ, ਆਬਾਕਾਰੀ ETO ਨੇ, ਇਹ GST 'ਚ ਇੱਥੇ ATC ਆਫਿਸ ਬਰਨਾਲਾ। ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਜੀ, ਹਰੇ ਅਸੀਂ ਟਰੈਪ ਕੀਤਾ, ਹੁਣ ਇਹਦੀ ਇਨਵੈਸਟੀਗੇਸ਼ਨ। ਨੋਟ ਸੀ ਕਿੰਨੇ ਕਿੰਨੇ ਸੀਗੇ? ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ 2।